ਅਤੇ ਹੁਣ ਸਰ ਮੈਂ ਨੀਦਰਲੈਂਡ ਐਮਸਟਰਡੈਮ ਦੇ ਵਿੱਚ ਜਾ ਕੇ ਵਰਲਡ ਯੂਨੀਵਰਸਿਟੀ ਕੰਪੀਟੀਸ਼ਨ ਖੇਲ ਕੇ ਆਈ ਹਾਂ ਸਰ। ਆਲ ਇੰਡੀਆ ਯੂਨੀਵਰਸਿਟੀ ਦੇ ਵਿੱਚ 3 ਗੋਲਡ ਨੇ ਜੀ ਅਤੇ 2 ਸਿਲਵਰ ਨੇ ਸਰ, ਅਤੇ ਨੈਸ਼ਨਲ ਦੇ ਵਿੱਚ 1 ਗੋਲਡ 2 ਸਿਲਵਰ ਅਤੇ 1 ਬ੍ਰੌਂਜ਼ ਸਰ। ਸਰ ਮੈਂ ਆਪਣੀ ਮਿਹਨਤ ਇਸੇ ਤਰ੍ਹਾਂ ਜਾਰੀ ਰੱਖੂੰਗੀ, ਮੇਰਾ ਟਾਰਗੇਟ ਹੈ ਕਿ ਮੈਂ ਇੰਟਰਨੈਸ਼ਨਲ ਲੈਵਲ 'ਤੇ ਮੈਡਲ ਲੈ ਕੇ ਆਵਾਂ ਸਰ। ਮਾਣ ਮਹਿਸੂਸ ਹੁੰਦਾ ਜੀ ਜੀ ਜਦੋਂ ਲੜਕੀ ਇਸ ਤਰ੍ਹਾਂ ਬਾਹਰੋਂ ਜਿੱਤ ਕੇ ਆਉਂਦੀ ਆ ਜੀ, ਇਹ ਪਿੰਡ ਦੇ ਲੜਕਿਆਂ ਨਾਲੋਂ ਵੀ ਵਧੀਆ ਖੇਡ ਕੇ ਵਧੀਆ ਕਰਕੇ ਵਧੀਆ ਇਤਮਾਨ ਬਣਾਇਆ ਲੜਕੀ ਨੇ। ਮਾਝੇ ਦੇ ਜ਼ਿਲ੍ਹਾ ਤਰਨ ਤਾਰਨ ਦੇ ਹਲਕਾ ਪੱਟੀ ਦੇ ਅਸੀਂ ਇਸ ਵੇਲੇ ਸਰਿਆਲੀ ਦੇ ਵਿੱਚ ਮੌਜੂਦ ਹਾਂ ਜੀ। ਹਾਂ, ਮੈਂ ਕੈਮਰਾਮੈਨ ਸਾਥੀ ਨੂੰ ਪਹਿਲਾਂ ਬੇਨਤੀ ਕਰਾਂ ਕਿ ਇਹ ਟੇਬਲ ਜਿਹੜਾ ਮੈਡਲਾਂ ਨਾਲ ਭਰਿਆ ਹੋਇਆ ਉਹ ਵਿਖਾ ਦਿੱਤਾ ਜਾਵੇ ਕਿ ਵਾਕਈ ਰੋਇੰਗ ਦੀ ਗੇਮ ਦੇ ਵਿੱਚ ਇੱਕ ਧੀ ਦੇ ਵੱਲੋਂ ਵੱਡੀਆਂ ਮੱਲਾਂ ਜਿਹੜੀਆਂ ਨੇ ਉਹ ਮਾਰੀਆਂ ਗਈਆਂ ਨੇ। ਤਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਤ੍ਰਾਸਦੀ ਹੁਣ ਇੱਥੇ ਇਹ ਹੈ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਦੇ ਵੱਲੋਂ ਜਿਹੜਾ ਹੈ ਇਹਨਾਂ ਖਿਡਾਰੀਆਂ ਦਾ ਬਣਦਾ ਮਾਣ ਸਨਮਾਨ ਨਹੀਂ ਕੀਤਾ ਜਾਂਦਾ। ਭੈਣ ਮੇਰੇ ਨਾਲ ਮੌਜੂਦ ਹੈ, ਵੱਡੀ ਮੱਲ ਮਾਰੀ ਹੈ, ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਮੈਡਲਾਂ ਦੀ ਗਿਣਤੀ ਨਹੀਂ ਹੋਣੀ, ਤੁਹਾਡੇ ਕੋਲੋਂ ਸਮਾਂ ਲੱਗੇਗਾ ਗਿਣਤੀ ਕਰਨ ਦੇ ਵਾਸਤੇ। ਐ ਐਸੇ ਪਲੇਅਰਾਂ ਦੀ ਜਿਹੜੀ ਕਦਰ ਹੈ ਉਹ ਸਰਕਾਰ ਕਿਤੇ ਨਾ ਕਿਤੇ ਨਹੀਂ ਕਰਦੀ, ਅੱਖੋਂ ਪਰੋਖਿਆਂ ਜਿਹੜਾ ਹੈ ਉਹ ਕਰ ਦਿੱਤਾ ਜਾਂਦਾ। ਭੈਣ ਮੇਰੇ ਨਾਲ ਮੌਜੂਦ ਹੈ, ਗੱਲਬਾਤ ਕਰਕੇ ਜਾਣਦੇ ਭਾਵਨਾਵਾਂ ਕੀ ਨੇ ਅਤੇ ਕਦੋਂ ਸ਼ੁਰੂਆਤ ਹੁੰਦੀ ਹੈ ਅੱਜ ਐਡੇ ਵੱਡੇ ਲੈਵਲ ਤੱਕ ਪਹੁੰਚਣ ਵਾਸਤੇ। ਭੈਣੇ ਕੀ ਨਾਮ ਹੈ, ਪਿੰਡ ਕੀ ਅਤੇ ਗੇਮ ਦਾ ਨਾਮ ਜ਼ਰੂਰ ਦੱਸਿਓ ਜੀ। ਸਰ ਮੇਰਾ ਨਾਮ ਦਿਲਜੋਤ ਕੌਰ ਹੈ, ਮੈਂ ਸਰ ਹਾਲੀ ਕਲਾਂ ਦੀ ਰਹਿਣ ਵਾਲੀ ਹਾਂ ਜੀ, ਅਤੇ ਮੈਂ ਵਾਟਰ ਸਪੋਰਟਸ ਰੋਇੰਗ ਦੀ ਖਿਡਾਰਨ ਹਾਂ। ਥੋੜ੍ਹਾ ਉੱਚੀ ਬੋਲਣਾ, ਅਤੇ ਕਿੰਨਾ ਸਮਾਂ ਹੋ ਗਿਆ ਭੈਣ ਤੁਹਾਨੂੰ ਇਸ ਗੇਮ ਦੇ ਵਿੱਚ, ਕਿੰਨੀ ਉਮਰ ਤੋਂ ਤੁਸੀਂ ਜੁੜੇ ਤਾਂ ਅੱਜ ਕਿੱਥੋਂ ਤੱਕ ਜਿਹੜਾ ਹੈ ਤੁਸੀਂ ਪਹੁੰਚੇ ਇਸ ਗੇਮ ਦੇ ਵਿੱਚ? ਸਰ ਮੈਂ 11 ਸਾਲ ਦੀ ਉਮਰ ਤੋਂ ਗੇਮ ਕਰ ਰਹੀ ਹਾਂ। ਪਹਿਲਾਂ ਮੈਂ ਹਾਕੀ ਕਰਦੀ ਸੀ, ਪਰ ਆਹ ਵਾਟਰ ਸਪੋਰਟਸ ਰੋਇੰਗ ਦੇ ਵਿੱਚ ਮੈਨੂੰ 4 ਜਾਂ 5 ਸਾਲ ਹੋਏ ਆ ਆਈ ਨੂੰ ਜੀ, ਅਤੇ ਇਹ 4-5 ਸਾਲ ਦੇ ਵਿੱਚ ਹੀ ਮੈਂ ਇੰਨੇ ਮੈਡਲ ਜਿੱਤੇ ਨੇ ਸਰ ਜੀ। ਇੱਕ ਛੋਟੇ ਸ਼ਹਿਰ ਤੋਂ, ਛੋਟੇ ਘਰ ਤੋਂ ਉੱਠ ਕੇ ਕਿਹੜੇ ਕਿਹੜੇ ਸ਼ਹਿਰਾਂ 'ਚ ਜਾਣ ਦਾ ਮੌਕਾ ਮਿਲਿਆ, ਕਿੱਥੇ ਕਿੱਥੇ ਕਿਹੜੇ ਕਿਹੜੇ ਖਿਡਾਰੀਆਂ ਨੂੰ, ਕਿਹੜੀਆਂ ਕਿਹੜੀਆਂ ਟੀਮਾਂ ਨੂੰ ਟੱਕਰ ਦੇਣ ਦਾ ਮੌਕਾ ਮਿਲਿਆ, ਕਿੱਥੇ ਕਿੱਥੇ ਖੇਡਣ ਦਾ ਮੌਕਾ ਮਿਲਿਆ ਜਾ ਕੇ? ਸਰ ਚੰਡੀਗੜ੍ਹ, ਪਹਿਲਾਂ ਤਾਂ ਚੰਡੀਗੜ੍ਹ ਹੀ ਟੂਰਨਾਮੈਂਟ ਕਰਵਾਏ, ਫਿਰ ਉਹ ਤੋਂ ਬਾਅਦ ਗੋਰਖਪੁਰ ਗੇਮਾਂ ਕੀਤੀਆਂ, ਗੁਜਰਾਤ ਦੇ ਵਿੱਚ ਗਏ, ਗੋਆ ਖੇਡਣ ਗਏ, ਫਿਰ ਪੁਣੇ ਗਏ, ਅਤੇ ਹੁਣ ਸਰ ਮੈਂ ਨੀਦਰਲੈਂਡ ਐਮਸਟਰਡੈਮ ਦੇ ਵਿੱਚ ਜਾ ਕੇ ਵਰਲਡ ਯੂਨੀਵਰਸਿਟੀ ਕੰਪੀਟੀਸ਼ਨ ਖੇਲ ਕੇ ਆਈ ਹਾਂ ਸਰ। ਕਿੰਨੇ ਮੈਡਲ ਜਿਹੜੇ ਨੇ, ਗੋਲਡ, ਬਰਾਊਨ, ਜਿੰਨੇ ਵੀ ਆ, ਉਸ ਦੀ ਥੋੜ੍ਹਾ ਜਿਹਾ ਡਿਟੇਲ ਜ਼ਰੂਰ ਦੱਸੋ ਜੀ। ਸਰ ਮੇਰੇ ਖੇਲੋ ਇੰਡੀਆ ਯੂਨੀਵਰਸਿਟੀ ਦੇ ਵਿੱਚ 4 ਗੋਲਡ ਨੇ, ਆਲ ਇੰਡੀਆ ਯੂਨੀਵਰਸਿਟੀ ਦੇ ਵਿੱਚ 3 ਗੋਲਡ ਨੇ ਜੀ, ਅਤੇ 2 ਸਿਲਵਰ ਨੇ ਸਰ, ਅਤੇ ਨੈਸ਼ਨਲ ਦੇ ਵਿੱਚ 1 ਗੋਲਡ 2 ਸਿਲਵਰ ਅਤੇ 1 ਬ੍ਰੌਂਜ਼ ਸਰ। ਪਰਿਵਾਰ ਦਾ ਸਹਿਯੋਗ ਕਿਹੋ ਜਿਹਾ ਰਿਹਾ, ਪਰਿਵਾਰ ਵੱਲੋਂ ਤੁਹਾਨੂੰ ਕਿਵੇਂ ਦਾ ਜਿਹੜਾ ਹੈ ਸਪੋਰਟ ਮਿਲੀ? ਸਰ ਮੈਨੂੰ ਸ਼ੁਰੂ ਤੋਂ ਹੀ ਪਰਿਵਾਰ ਵੱਲੋਂ ਪੂਰੀ ਸਪੋਰਟ ਰਹੀ ਆ, ਮੇਰੇ ਮਦਰ, ਫਾਦਰ ਅਤੇ ਬ੍ਰਦਰ ਵੱਲੋਂ ਮੈਨੂੰ ਪੂਰੀ ਸਪੋਰਟ ਰਹੀ ਆ। ਜੇ ਕਿਤੇ ਲੱਗਦਾ ਹੁੰਦਾ ਸੀ ਕਿ ਨਹੀਂ ਇੱਥੇ ਨਹੀਂ ਜਾਣਾ, ਤਾਂ ਉਹ ਇੱਕ ਦੂਜੇ ਨਾਲ ਸਲਾਹ ਕਰਕੇ ਮੈਨੂੰ, ਪਰ ਮੈਨੂੰ ਕਦੀ ਕਿਸੇ ਗੱਲ ਤੋਂ ਨਾਂਹ ਨਹੀਂ ਕੀਤੀ ਸਰ। ਅਕਸਰ ਹੀ ਪੰਜਾਬ ਦੇ ਵਿੱਚ ਨਾ ਸਾਰੀਆਂ ਸਰਕਾਰਾਂ ਵੱਲੋਂ ਨਾ ਬੜੇ ਦਾਅਵੇ ਅਤੇ ਬਹੁਤ ਸਾਰੇ ਉਹਨਾਂ ਵੱਲੋਂ ਵਾਅਦੇ ਕੀਤੇ ਜਾਂਦੇ ਸੀ ਕਿ ਖਿਡਾਰੀਆਂ ਨੂੰ ਨੌਕਰੀਆਂ ਦਿੱਤੀਆਂ ਜਾਂਦੀਆਂ, ਕੋਈ 1 ਗੋਲਡ ਲੈ ਆਉਂਦਾ ਅਤੇ ਉਸਨੂੰ ਇਨਾਮ ਦਿੱਤੇ ਜਾਂਦੇ ਆ। ਤੁਹਾਨੂੰ ਕਿੰਨੇ ਕੁ ਇਨਾਮ ਮਿਲੇ ਨੇ, ਕਿੰਨਾ ਕੁ ਮਾਣ ਸਨਮਾਨ ਮਿਲਿਆ ਹੈ, ਕਿੰਨੇ ਕੁ ਤੁਹਾਡੇ ਘਰ ਤੁਹਾਡਾ ਮਾਣ ਸਨਮਾਨ ਕਰਨ ਪਹੁੰਚੇ, ਜ਼ਰੂਰ ਦੱਸਿਓ। ਨਹੀਂ ਸਰ, ਪੰਜਾਬ ਸਰਕਾਰ ਵੱਲੋਂ ਕੋਈ ਨਹੀਂ ਪਹੁੰਚਿਆ ਜੀ। ਅਤੇ ਨੌਕਰੀਆਂ ਦੀ ਗੱਲ ਕਰੀਏ ਤਾਂ ਮੇਰੇ ਨਾਲ ਜਿਹੜੇ, ਚਲੋ ਮੈਨੂੰ ਅਜੇ ਨੌਕਰੀ ਨਹੀਂ ਮਿਲੀ, ਪਰ ਜਿਹੜੇ ਮੇਰੇ ਨਾਲ ਦਿਆਂ ਨੂੰ ਨੌਕਰੀ ਮਿਲੀ ਆ ਉਹਨਾਂ ਨੂੰ ਵੀ ਪੰਜਾਬ ਸਰਕਾਰ ਵੱਲੋਂ ਨੌਕਰੀ ਨਹੀਂ ਮਿਲੀ। ਉਹ ਜਾਂ ਤਾਂ ITBP ਵਿੱਚ ਜਾਂਦੇ ਆ, ਜਾਂ CRPF 'ਚ, ਜਾਂ ਫਿਰ ਹੋਰ ਦੂਜੀਆਂ ਫੋਰਸਾਂ ਦੇ ਵਿੱਚ ਜਾਂਦੇ ਆ ਸਰ ਜੀ। ਭੈਣੇ ਇਹ ਵੀ ਜ਼ਰੂਰ ਦੱਸਿਓ, ਜਿਹੜੇ ਪੰਜਾਬ ਦੇ ਖਿਡਾਰੀ ਜਿਹੜੇ ਮਿਹਨਤ ਕਰਦੇ ਨੇ ਜਿਵੇਂ ਤੁਸੀਂ ਮਿਹਨਤ ਕਰ ਰਹੇ ਹੋ, ਉਹ ਦੂਸਰਿਆਂ ਸੂਬਿਆਂ ਵੱਲੋਂ ਖੇਡਦੇ ਕਿਉਂ ਹੈ, ਕਾਰਨ ਕੀ ਰਹਿੰਦੇ ਨੇ ਦੂਸਰੇ ਸੂਬਿਆਂ ਵੱਲੋਂ ਖੇਡਣ ਦੇ?
ਕਿਉਂਕਿ ਸਰ ਇੱਧਰ ਪੂਰੀਆਂ ਸਹੂਲਤਾਂ ਨਹੀਂ ਮਿਲਦੀਆਂ ਜੀ, ਇਸ ਕਰਕੇ ਬੱਚੇ ਜਿੱਥੇ ਜ਼ਿਆਦਾ ਸਹੂਲਤਾਂ ਮਿਲਦੀਆਂ ਨੇ ਉੱਥੋਂ ਹੀ ਖੇਡਣਾ ਚਾਹੁੰਦੇ ਆ, ਅਤੇ ਬਾਹਰਲੇ ਸੂਬਿਆਂ ਦੇ ਵਿੱਚ ਚੰਗੇ ਕੋਚਾਂ ਦਾ ਪ੍ਰਬੰਧ ਆ ਜੀ, ਅਤੇ ਬਹੁਤ ਵਧੀਆ ਕੋਚਿੰਗ ਮਿਲਦੀ ਆ ਸਰ ਚੰਗੀ। ਪੰਜਾਬ ਦੇ ਵਿੱਚ ਕੋਈ ਕੋਚਿੰਗ ਨਹੀਂ ਤੁਹਾਨੂੰ? ਪੰਜਾਬ ਦੇ ਵਿੱਚ ਵੀ ਕੋਚ ਹੈਗੇ ਆ ਜੀ, ਪਰ ਜਿੰਨੇ ਚਾਹੀਦੇ ਨੇ ਉੱਥੇ ਉਨੇ ਕੋਚ ਨਹੀਂ ਹੈਗੇ। ਜਾਂ ਤਾਂ ਇੱਕ ਕੋਚ ਹੋਊਗਾ, ਜੇ ਚੰਗਾ ਕੋਚ ਆ ਤਾਂ ਇੱਕ ਕੋਚ ਆ, ਅਤੇ ਇੱਕ ਕੋਚ ਨਾਲ ਕਿੱਥੇ ਗੱਲ ਬਣਦੀ ਆ, ਕਿੰਨੀ ਜਨਸੰਖਿਆ ਆ ਪੰਜਾਬ ਦੀ, ਕਿੰਨੇ ਬੱਚੇ ਖੇਡਣਾ ਚਾਹੁੰਦੇ ਆ, ਸਾਡੇ ਪਿੰਡ ਦੇ ਵਿੱਚ ਕਿੰਨੇ ਬੱਚੇ ਖੇਡਣਾ ਚਾਹੁੰਦੇ ਨੇ, ਇੱਥੇ ਦੇਖ ਲਓ ਕੋਈ ਕੋਚ ਨਹੀਂ ਜੀ। ਭੈਣੇ, ਚਾਹੇ ਕੋਈ ਮਾਣ ਸਨਮਾਨ ਮਿਲੇ ਜਾਂ ਨਾ ਮਿਲੇ, ਚਾਹੇ ਕੋਈ ਆਵੇ ਨਾ ਆਵੇ, ਦਿਲਰੋਜ਼ ਜਿਹੜੀ ਹੈ ਉਹ ਆਪਣੀ ਮਿਹਨਤ ਇਸੇ ਤਰ੍ਹਾਂ ਜਾਰੀ ਰੱਖੇਗੀ, ਅਤੇ ਟਾਰਗੇਟ ਕੀ ਹੈ ਇਹ ਵੀ ਜ਼ਰੂਰ ਦੱਸਿਓ ਜੀ। ਸਰ ਮੈਂ ਆਪਣੀ ਮਿਹਨਤ ਇਸੇ ਤਰ੍ਹਾਂ ਜਾਰੀ ਰੱਖੂੰਗੀ, ਮੇਰਾ ਟਾਰਗੇਟ ਹੈ ਕਿ ਮੈਂ ਇੰਟਰਨੈਸ਼ਨਲ ਲੈਵਲ 'ਤੇ ਮੈਡਲ ਲੈ ਕੇ ਆਵਾਂ ਸਰ। ਕਿਆ ਬਾਤ ਹੈ ਜੀ। ਸੋ ਪਰਿਵਾਰ ਵੀ ਸਾਡੇ ਨਾਲ ਮੌਜੂਦ ਹੈ, ਮੈਂ ਚਾਹਾਂਗਾ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਜ਼ਰੂਰ ਕਰਾਵਾਂ। ਦੋਸਤੋ, ਇਹ ਹੈ ਤਰਾਸ ਦੀ ਗੱਲ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਮਾਣ ਸਨਮਾਨ ਦੀ ਕਮੀ ਰਹਿ ਜਾਂਦੀ ਹੈ, ਜਿਹੜੀਆਂ ਸਰਕਾਰਾਂ ਨੇ ਵੱਡੇ ਵੱਡੇ ਵਾਅਦੇ ਵੱਡੇ ਵੱਡੇ ਦਾਅਵੇ ਜਿਹੜੇ ਹੈ ਉਹ ਸਿਰਫ ਸਟੇਜਾਂ 'ਤੇ ਕਰਦੇ ਨੇ, ਲੇਕਿਨ ਗਰਾਊਂਡ ਜ਼ੀਰੋ 'ਤੇ ਆਹ ਹਾਲਾਤ ਨੇ ਜੋ ਅਸੀਂ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ। ਭੈਣ ਨੇ ਦੱਸਿਆ ਕਿ ਕਿਉਂ ਪੰਜਾਬ ਦੇ ਖਿਡਾਰੀ ਬਾਹਰੀ ਸੂਬਿਆਂ ਵੱਲੋਂ ਖੇਡਣਾ ਪਸੰਦ ਕਰਦੇ ਨੇ, ਕਿਉਂਕਿ ਆਪਣੇ ਸੂਬੇ ਵੱਲ ਤਾਂ ਨਾ ਤਾਂ ਕੋਚਾਂ ਦਾ ਪ੍ਰਬੰਧ ਹੈ, ਨਾ ਚੰਗੀ ਡਾਇਟ ਦਾ ਪ੍ਰਬੰਧ ਹੈ, ਅਤੇ ਨਾ ਹੀ ਗਰਾਊਂਡਾਂ ਦਾ ਪ੍ਰਬੰਧ ਹੈ। ਮੇਰੇ ਨਾਲ ਪਰਿਵਾਰ ਮੌਜੂਦ ਹੈ। ਸਭ ਤੋਂ ਪਹਿਲਾਂ ਸਰ ਤੁਹਾਡਾ ਸਾਡੇ ਚੈਨਲ 'ਤੇ ਸਵਾਗਤ ਹੈ ਜੀ। ਬਹੁਤ ਬਹੁਤ ਜੀ, ਬਹੁਤ ਬਹੁਤ ਮਿਹਰਬਾਨੀ। ਅਤੇ ਸਰ ਤੁਹਾਡਾ ਨਾਮ ਕੀ ਹੈ ਜੀ, ਪਿੰਡ ਕਿਹੜਾ ਜੀ? ਮੇਰਾ ਨਾਮ ਗੁਰਜੀਤ ਸਿੰਘ ਹੈ ਜੀ, ਪਿੰਡ ਸਰਿਆਲੀ ਕਲਾਂ। ਅੱਛਾ, ਕਿੰਨਾ ਕੁ ਮਨ ਨੂੰ ਮਾਣ ਮਹਿਸੂਸ ਹੁੰਦਾ ਕਿ ਜਦੋਂ ਟੇਬਲ ਵੇਖਦੇ ਹੋ ਤੁਸੀਂ ਭਰਿਆ ਹੋਇਆ, ਘਰ ਦੇ ਵਿੱਚ ਜਦੋਂ ਵੇਖਦੇ ਕਿ ਇੰਨੇ ਮੈਡਲ, ਇੱਕ ਪੁੱਤਾਂ ਨਾਲੋਂ ਵੀ ਵੱਧ ਜਿਹੜੀ ਹੈ ਮਾਣ ਮਹਿਸੂਸ ਜਿਹੜਾ ਕਰਵਾਇਆ ਹੈ ਧੀ ਨੇ? ਬਹੁਤ ਜ਼ਿਆਦਾ ਵਧੀਆ ਮਾਣ ਮਹਿਸੂਸ ਹੁੰਦਾ ਜੀ ਜੀ, ਜਦੋਂ ਲੜਕੀ ਇਸ ਤਰ੍ਹਾਂ ਬਾਹਰੋਂ ਜਿੱਤ ਕੇ ਆਉਂਦੀ ਆ ਜੀ, ਇਹ ਪਿੰਡ ਦੇ ਲੜਕਿਆਂ ਨਾਲੋਂ ਵੀ ਵਧੀਆ ਖੇਡ ਕੇ ਵਧੀਆ ਕਰਕੇ ਵਧੀਆ ਇਤਮਾਨ ਬਣਾਇਆ ਲੜਕੀ ਨੇ। ਬਹੁਤ ਦੁੱਖ ਉਦੋਂ ਹੁੰਦਾ ਜੀ ਜਦੋਂ ਸਰਕਾਰਾਂ ਸਾਡੀਆਂ ਸਾਨੂੰ ਬੱਚਿਆਂ ਨੂੰ ਨਹੀਂ ਪੁੱਛਦੀਆਂ, ਇਹ ਜਿਹੜੇ ਗੱਲਾਂ ਵਿੱਚ ਹੀ ਰਹਿੰਦੇ ਆ। ਕੋਈ ਸਾਡੇ CM ਸਾਹਿਬ ਕਹਿੰਦੇ 43,000 ਨੌਕਰੀ ਦੇ ਦਿੱਤੀ, 45,000 ਦੇ ਦਿੱਤੀ, ਇਹਨੇ ਇਹਨੇ ਮਾਡਲ ਲੈ ਗਏ ਵੀ ਬੱਚੇ ਜਿਹੜੇ ਆ ਬੇਰੁਜ਼ਗਾਰ ਤੁਰੇ ਫਿਰਦਾ ਆ, ਅਤੇ ਸਾਨੂੰ ਇਹ ਨਹੀਂ ਸਮਝ ਲੱਗਦੀ ਨੌਕਰੀ ਦੇ ਕਿਹਨੂੰ ਦਿੱਤੀ ਆ। ਸੋ ਸਾਡੇ ਨਾਲ ਉਸ ਖਿਡਾਰਨ ਦੀ ਉਸ ਭੈਣ ਦੀ ਮਾਤਾ ਜੀ ਮੌਜੂਦ ਨੇ, ਉਹਨਾਂ ਨਾਲ ਵੀ ਅਸੀਂ ਗੱਲ ਜ਼ਰੂਰ ਕਰਾਂਗੇ। ਕਿੰਨਾ ਕੁ ਮਾਣ ਮਹਿਸੂਸ ਹੁੰਦਾ ਜਦੋਂ ਤੁਸੀਂ ਦੇਖਦੇ ਕਿ ਸਾਡੀ ਧੀ ਨੇ ਅੱਜ ਬਾਹਰੀ ਸੂਬਿਆਂ 'ਚ ਵੀ ਨਾਮ ਜਿਹੜਾ ਰੋਸ਼ਨ ਕੀਤਾ ਜੀ? ਵੀਰ ਜੀ, ਪਹਿਲਾਂ ਤਾਂ ਮੈਂ ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਰਦੀ ਹਾਂ, ਸਾਡੀ ਟੀਮ ਦਾ ਧੰਨਵਾਦ ਕਰਦੀ ਹਾਂ, ਅਤੇ ਆਪਣੇ ਪਿੰਡ ਵਾਲੀ ਸਮੁੱਚੀ ਟੀਮ ਦਾ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਬੇਟੀ ਨੂੰ ਇੰਨਾ ਇੱਜ਼ਤ ਮਾਣ ਦਿੱਤਾ ਹੈ। ਬਾਕੀ ਉਸ ਵਾਹਿਗੁਰੂ ਪਰਮਾਤਮਾ ਦਾ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਮੈਨੂੰ ਇਸ ਬੇਟੀ ਦੀ ਮਾਂ ਹੋਣ ਦਾ ਮਾਣ ਦਿੱਤਾ ਹੈ ਕਿ ਇਹ ਮੇਰੀ ਬੇਟੀ ਆ, ਅਤੇ ਜਦੋਂ ਜਿੱਤ ਕੇ ਆਉਂਦੀ ਆ ਅਤੇ ਬਹੁਤ ਮਾਣ ਮਹਿਸੂਸ ਹੁੰਦਾ ਹੈ। ਦੁੱਖ ਕਦੋਂ ਲੱਗਦਾ? ਦੁੱਖ ਤਾਂ ਫਿਰ ਤੁਹਾਨੂੰ ਪਤਾ ਹੀ ਆ ਲੱਗਦਾ ਹੀ ਆ, ਅਤੇ ਜਦੋਂ ਸਰਕਾਰਾਂ ਨਾ ਪੁੱਛਣ, ਜਿਵੇਂ ਹੁਣ ਕਿ ਇੱਕ ਗਰੀਬ ਪਰਿਵਾਰ 'ਚੋਂ ਜਿਵੇਂ ਬੱਚੇ ਉੱਠਦੇ ਹੈਗੇ, ਮਾਪਿਆਂ ਨੂੰ ਬਹੁਤ ਮਿਹਨਤ ਕਰਨੀ ਪੈਂਦੀ, ਬੜੀਆਂ ਮੁਸ਼ਕਲਾਂ ਆਉਂਦੀਆਂ ਹੈ ਜਦੋਂ ਅਸੀਂ ਇਹ ਤਾਂ ਮਤਲਬ ਕਈ ਵਾਰਾਂ ਤੁਹਾਨੂੰ ਪਤਾ ਘਰਾਂ ਦੇ ਵਿੱਚ ਖਰਚਾ ਨਹੀਂ ਹੁੰਦਾ ਵੀ ਮੈਂ ਖੇਡਣ ਜਾਣਾ, ਬੱਚੇ ਨੂੰ ਹਰ ਇੱਕ ਚੀਜ਼ ਚਾਹੀਦੀ ਆ, ਅਤੇ ਕਦੀ ਕਈ ਵਾਰ ਸਾਨੂੰ ਪੈਸੇ ਵਿਆਜੀ ਵੀ ਚੁੱਕਣੇ ਪੈਂਦੇ ਸੀ, ਕਰਜ਼ਾ ਵੀ ਲੈਣਾ ਪੈਂਦਾ ਸੀ ਇਹਦੇ ਪਾਸ, ਅਤੇ ਕਈ ਵਾਰ ਬੜੀਆਂ ਮੁਸ਼ਕਲਾਂ ਆਉਂਦੀਆਂ ਸੀਗੀਆਂ, ਅਤੇ ਬਸ ਇੱਥੋਂ ਤੱਕ ਮਤਲਬ ਇਹਨੂੰ ਬੜੀ ਮੁਸ਼ਕਲ ਦੇ ਨਾਲ ਅਸੀਂ ਪਹੁੰਚਾਇਆ ਵਾ। ਸਰਕਾਰ ਨੂੰ ਕੀ ਅਪੀਲ ਕਰਨੀ ਚਾਹੁੰਦੀ? ਸਰਕਾਰ ਨੂੰ ਇਹੀ ਅਪੀਲ ਕਰਨੀ ਚਾਹੁੰਦੀ, ਪਹਿਲਾਂ ਤਾਂ ਮੈਂ ਸਰਕਾਰ ਨੂੰ ਇਹ ਚਾਹੁੰਦੀ ਹਾਂ ਕਿ ਜਦ ਤੋਂ ਛੋਟੇ ਬੱਚੇ ਗਰੀਬ ਘਰਾਂ ਤੋਂ ਜਿਹੜੇ ਖੇਡਦੇ ਆ ਨਾ, ਸਭ ਤੋਂ ਪਹਿਲਾਂ ਜਿਹੜੀਆਂ ਮੈਂ ਮੁਸ਼ਕਲਾਂ ਦੇਖੀਆਂ ਏ, ਬੱਚਿਆਂ ਨੂੰ ਸ਼ੂਜ਼, ਕਿੱਟਾਂ,
ਤੇ ਡਾਈਟ ਵਗੈਰਾ ਇਹ ਜ਼ਰੂਰੀ ਚਾਹੀਦੀ ਅਤੇ ਕੋਚ ਅਤੇ ਚੰਗੀ ਗਰਾਊਂਡ ਹੋਣੀ ਚਾਹੀਦੀ ਹੈ ਕਿਉਂਕਿ ਬੱਚੇ ਅੱਗੇ ਵੱਧ ਸਕਣ ਅਤੇ ਉਸ ਤੋਂ ਅੱਗੇ ਜਦੋਂ ਛੋਟੀ ਪਨੀਰੀ ਅੱਗੇ ਜਾਊਗੀ ਮੈਡਲ ਲਿਆਊਗੀ ਤਦ ਹੀ ਲੈ ਕੇ ਆਊਗੀ ਨਾ ਜਦੋਂ ਪਿੱਛੇ ਉਹਨਾਂ ਨੂੰ ਕੋਈ ਹੈਲਪ ਮਿਲੂਗੀ ਕੁਝ ਚੰਗਾ ਖਾਣ ਪੀਣ ਨੂੰ ਚੰਗੀ ਕੋਚ ਮਿਲ ਦੇਣਗੇ ਫਿਰ ਅੱਗੇ ਜਾਣਗੇ ਬੱਚੇ ਤਾਂ ਜਦੋਂ ਮੈਡਲ ਨੈਸ਼ਨਲ ਵਗੈਰਾ ਲੈਵਲ 'ਤੇ ਖੇਡਦੇ ਆ ਤਾਂ ਉਹਨਾਂ ਨੂੰ ਫਿਰ ਨੌਕਰੀ ਵੀ ਤਾਂ ਚਾਹੀਦੀ ਹੈਗੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ ਤੁਹਾਡਾ ਧੰਨਵਾਦ ਜੀ ਸੋ ਦੋਸਤੋ ਅਸੀਂ ਜ਼ਿਲ੍ਹਾ ਤਰਨ ਤਾਰਨ ਦੇ ਕਸਬਾ ਸਰਿਆਲੀ ਦੇ ਵਿੱਚ ਮੌਜੂਦ ਸੀ ਤਾਂ ਸਾਰੀ ਗੱਲ ਜਿਹੜੀ ਹੈ ਉਸ ਭੈਣ ਨੇ ਦੱਸੀ ਹੈ ਕਿ ਕਿਹੜੇ ਸੰਘਰਸ਼ਾਂ ਤੋਂ ਉਹਨਾਂ ਦੇ ਪਰਿਵਾਰ ਨੇ ਵੀ ਦੱਸਿਆ ਗੁਜ਼ਰ ਕੇ ਅੱਜ ਜਿਹੜਾ ਉਹ ਨੈਸ਼ਨਲ ਲੈਵਲ 'ਤੇ ਜਿਹੜਾ ਹੈ ਉਹ ਮੱਲਾਂ ਮਾਰੀਆਂ ਤਾਂ ਮੈਡਲ ਵੀ ਤੁਸੀਂ ਵੇਖੇ ਅਤੇ ਇਹੋ ਹੀ ਸਰਕਾਰ ਗਾੜੀ ਜਿਹੜੀ ਹੈ ਗੁਜ਼ਾਰਿਸ਼ ਕੀਤੀ ਹੈ ਕਿ ਇਹਨਾਂ ਖਿਡਾਰੀਆਂ ਦਾ ਧਿਆਨ ਰੱਖ ਲਓ ਇਹਨਾਂ ਨੂੰ ਸਾਂਭ ਲਓ ਜਿਨ੍ਹਾਂ ਨੇ ਆਉਣ ਵਾਲੇ ਸਮੇਂ 'ਚ ਪੰਜਾਬ ਦਾ ਮਾਣ ਵਧਾਉਣਾ ਹੈ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਮੈਂ ਦਲਜੀਤ ਸਿੰਘ ਗ੍ਰੇਟ ਪੰਜਾਬ ਟੀ ਵੀ ਤਰਨਤਾਰਨ